ਹੁੰਦੇ ਹੀ ਆਪਾਂ ਗੱਡੀ 'ਚ ਡੈਸ਼ ਕੈਮ ਵੀ ਲਗਾਉਣ ਲੱਗੇ ਹਾਂ। ਚੱਕ ਦੇ ਵੀਰੇ, ਅੱਜ ਤਰੀਕ 23 ਹੋ ਗਈ, ਆਪਾਂ 15 ਤਰੀਕ ਦੀ ਗੱਡੀ ਲਈ ਹੋਈ ਆ ਅਤੇ ਹਾਲੇ ਤੱਕ ਗੱਡੀ 'ਤੇ ਕੋਟਿੰਗ ਨਹੀਂ ਕਰਾ ਹੋਈ। ਅੱਜ ਮੈਂ ਸਵੇਰੇ 6 ਵਜੇ ਤੋਂ ਉੱਠਿਆ ਹੋਇਆ ਗੱਡੀ 'ਤੇ ਕੋਟਿੰਗ ਕਰਾਉਣ ਲਈ, ਕਿਉਂਕਿ ਮੈਂ ਬਾਈ ਨੂੰ ਕਿਹਾ ਸੀ ਵੀ ਗੱਡੀ 'ਤੇ ਕੋਟਿੰਗ 1 ਦਿਨ 'ਚ ਹੀ ਕਰਦੀ, ਅਤੇ ਬਾਈ ਕਹਿੰਦਾ ਜੇ ਸਵੇਰੇ ਟਾਈਮ ਨਾਲ ਆ ਜਾਏਗਾ ਤਾਂ 1 ਦਿਨ 'ਚ ਕੋਟਿੰਗ ਕਰ ਦੂੰ। ਸੋ ਅੱਜ ਵਾਲੀ ਵੀਡੀਓ ਇਹਦੇ ਬਾਰੇ ਹੀ ਆ ਕਿ ਆਪਾਂ ਕਿੱਥੋਂ ਕੋਟਿੰਗ ਕਰਾਉਣ ਲੱਗੇ ਹਾਂ, ਕਿੰਨੇ ਦੀ ਕਰਾਉਣ ਲੱਗੇ ਹਾਂ ਅਤੇ ਕਿਹੜੀ ਕਰਾਉਣ ਲੱਗੇ ਹਾਂ। ਵੈਲਕਮ ਬੈਕ ਟੂ ਗਾਈਸ, ਆਈ ਹੋਪ ਐਵਰੀਵਨ ਇਜ਼ ਡੂਇੰਗ ਗ੍ਰੇਟ। ਸਵੇਰੇ ਸਵੇਰੇ ਸਾਡੇ ਪਿੰਡ ਵਾਲੇ ਰਾਹ ਤੇ ਵੀ ਪੂਰੀ ਹਲਚਲ, ਤੂੰ ਜਾਣਾ ਮੇਰੇ ਨਾਲ? ਜਾਣਾ ਨਹੀਂ ਹੈਗਾ। ਅੱਜ ਮੈਂ ਸਵੇਰ ਦਾ ਹਨੇਰੇ 'ਚ ਤਿਆਰ ਹੋ ਰਿਹਾ, ਜਦੋਂ ਪੂਰਾ ਤਿਆਰ ਹੋ ਗਿਆ ਉਦੋਂ ਉੱਠ ਖੜਿਆ। ਪਹਿਲਾਂ ਮੈਂ ਇਹਦੇ ਕਰਕੇ ਲਾਈਟ ਨਹੀਂ ਸੀ ਲਾਉਂਦਾ। ਹੈਂ, ਅੱਛਾ ਉੱਥੇ ਹੱਥ ਲਾਉਣਾ, ਹੁਣ ਉਹਦੀ ਇੱਥੇ ਆਦਤ ਪਈ ਹੋਈ ਆ, ਜਦੋਂ ਮੇਰੇ ਨਾਲ ਆਉਂਦਾ ਇਹਨੇ ਉਰੇ ਹੱਥ ਲਾਉਣਾ ਹੁੰਦਾ। ਲਾ ਲੈ, ਚਲੋ ਜੀ। ਹੋਰ ਬਸ, ਪਰਸੋਂ ਗੱਡੀ 'ਚ ਐਡਰੋਨੋਕਸ ਵਾਲਾ ਫੀਚਰ ਤਾਂ ਐਕਟੀਵੇਟ ਹੋ ਗਿਆ। ਇਹ ਜਦੋਂ ਆਪਾਂ ਗੱਡੀ ਲੈ ਲੈਂਦੇ ਹਾਂ ਉਦੋਂ 3-4 ਦਿਨ ਬਾਅਦ ਫੋਨ ਆਉਂਦਾ ਹੁੰਦਾ, ਫਿਰ ਇੱਕ OTP ਆਉਂਦਾ ਹੁੰਦਾ, ਉਦੋਂ ਬਾਅਦ 'ਚ ਐਕਟੀਵੇਟ ਹੁੰਦਾ ਹੁੰਦਾ। ਅੱਜ ਆਪਾਂ ਅਲੈਕਸਾ ਵੀ ਚਲਾ ਲੈਣਾ, ਉਦਣ ਦੀ ਅਲੈਕਸਾ ਦੀ ਘੋੜੀ ਸੀ ਉਹ ਤਾਂ ਆਪ ਹੀ ਆਪਾਂ ਐਮਾਜ਼ੋਨ, ਕਿਉਂਕਿ ਅਲੈਕਸਾ ਐਮਾਜ਼ੋਨ ਨਾਲ ਕਨੈਕਟਡ ਹੁੰਦਾ ਵਾ, ਐਮਾਜ਼ੋਨ 'ਤੇ ਇੱਕ ਪਾਸਵਰਡ ਮੰਗਿਆ ਜਾਊਗਾ, ਮਤਲਬ ਜਿਹੜਾ ਆਪਣਾ ਗੱਡੀ 'ਚ ਆਊਗਾ ਉਹ 'ਚ ਭਰਨਾ ਵਾ, ਉਦੋਂ ਬਾਅਦ 'ਚ ਐਕਟੀਵੇਟ ਹੋ ਜਾਊਗਾ। ਅੱਜ ਉਹ ਵੀ ਕਰ ਲੈਣਾ, ਉਦਣ ਦੀ ਘੋਲ ਕਰੀ ਜਾਂਦਾ। ਅੱਜ ਜੇ ਟਾਈਮ ਮਿਲਿਆ ਆਪਾਂ ਗੱਡੀ 'ਚ ਇੱਕ ਚੀਜ਼ ਹੋਰ ਐਡ ਕਰਨੀ ਆ, ਡੈਸ਼ ਕੈਮ, ਫਰੰਟ 'ਤੇ ਡੈਸ਼ ਕੈਮ, ਬਹੁਤ ਜ਼ਰੂਰੀ ਚੀਜ਼ ਅੱਜ ਦੇ ਜ਼ਮਾਨੇ 'ਚ। ਹੁਣ ਜੋਧਾਂ ਤੋਂ ਚੱਲਦੇ ਹਾਂ ਕੈਂਡ, ਕੈਂਡ ਤੋਂ ਵਰਿੰਦਰ ਨੂੰ ਨਾਲ ਲੈ ਕੇ ਫਿਰ ਜਾਵਾਂਗੇ ਲੁਧਿਆਣੇ, ਕਿਉਂਕਿ ਉੱਥੇ ਦਿਹਾੜੀ ਪੂਰੀ ਲੱਗ ਜਾਣੀ ਆ, ਇਕੱਲੇ ਦਾ ਤਾਂ ਜੀ ਨਹੀਂ ਲੱਗਣਾ, ਨਾਲ ਇੱਕ ਬੰਦਾ ਤਾਂ ਚਾਹੀਦਾ। ਅੱਜ ਕੈਂਡ ਘਰੇ ਨਹੀਂ ਗਿਆ, ਵਰਿੰਦਰ ਨੂੰ ਅੱਡੇ 'ਤੇ ਸੱਦ ਲਿਆ ਸੀ, ਕਿਉਂਕਿ ਟਾਈਮ 9:15 ਹੋ ਗਏ ਅਤੇ 9:30 ਨੂੰ ਅਸੀਂ ਪਹੁੰਚਣਾ। ਹੋਰ ਵੀ ਜਵਾਨਾ ਠੀਕ ਹੈ? ਅੱਜ ਪੂਰੀ ਦਿਹਾੜੀ ਉੱਥੇ ਹੀ ਬਹਿਣਾ, ਉੱਥੋਂ ਵੱਟ ਬਹੁਤ ਆ, ਪੱਤਾ ਇੱਕ ਵੀ ਨਹੀਂ ਹਿਲਦਾ। ਪਿਛਲੇ 2-3 ਦਿਨ ਤੋਂ ਬਹੁਤ ਵੱਟ ਆ, ਵਰਿੰਦਰ ਕਹਿੰਦਾ ਹਲੇ ਹਾਲੇ 2-3 ਦਿਨ 37-36 ਡਿਗਰੀ ਆਈ ਟੈਂਪਰੇਚਰ ਰਹਿਣਾ। ਟਾਈਮ ਦੇ ਪੂਰੇ ਪਾਬੰਦ ਆ, 9:30 ਪੂਰੇ ਪਹੁੰਚ ਗਏ। ਹੁਣ ਪਹਿਲਾਂ ਗੱਡੀ ਨੂੰ ਚੰਗੀ ਤਰ੍ਹਾਂ ਧੋਣਗੇ, ਉਦੋਂ ਬਾਅਦ 'ਚ ਕੋਟਿੰਗ ਵਾਲਾ ਕੰਮ ਸ਼ੁਰੂ ਕਰਾਂਗੇ, ਕਿਉਂਕਿ ਆਪਾਂ ਜਦੋਂ ਦੀ ਲਿਆਂਦੀ ਆ ਧਵਾਈ ਵੀ ਨਹੀਂ ਹਾਲੇ ਤੱਕ। ਹੋਰ ਗਿਆ ਜਾਵਾਂ ਖੋਲਦੀ ਹੋਈ ਆ, ਪਹਿਲਾਂ ਥੱਲੇ ਗੱਡੀ ਨੂੰ ਧੋ ਕੇ ਲਿਆਂਦਾ, ਹੁਣ ਉੱਪਰ ਇੱਥੇ ਸੁਕਾਉਣਗੇ, ਫਿਰ ਕੋਟਿੰਗ ਸ਼ੁਰੂ ਕਰਨਗੇ। ਆਹ ਲਾਈਟਾਂ 'ਚ ਤਾਂ ਉਹੀ ਗੱਡੀ ਚਮਕਣ ਲੱਗ ਜਾਂਦੀ ਹੈ, ਹੈ ਨਾ? ਹਲੇ ਤਾਂ ਨਵੀਂ ਨਵੀਂ ਹੋਈ ਆ, ਹਲੇ ਤਾਂ ਧੋ ਵੀ ਪਹਿਲਾਂ ਹੀ ਪਿਆ ਜੇ ਇਹਨੂੰ। ਗੱਡੀ ਨੂੰ ਪੂਰੀ ਚੰਗੀ ਤਰ੍ਹਾਂ ਸੁਕਾਉਣ ਲੱਗੇ ਹੋਇਆ ਕਿ ਬਾਅਦ 'ਚ ਵੀ ਕਿਸੇ ਪਾਸੇ ਕੋਈ ਤੁਪਕੇ ਨਾ ਡਿੱਗਣ।
ਜਿੰਨਾ ਪਲਾਸਟਿਕ ਵਾਲਾ ਪਾਰਟ ਆ ਸਾਰਾ ਕਵਰ ਕਰ ਦੇਣਾ ਕਿ ਇਹਦੇ ਉੱਪਰ ਉਹ ਸੈਰਾਮਿਕ ਕੋਟਿੰਗ ਲੱਗੇ ਨਾ, ਨਹੀਂ ਫਿਰ ਉਹ ਚਿੱਟਾ ਚਿੱਟਾ ਜਿਹਾ ਹੋ ਜਾਂਦਾ। ਜਿੱਥੇ ਜਿੱਥੇ ਪਲਾਸਟਿਕ ਆ ਸਾਰੇ ਪਾਸੇ ਹੀ ਟੇਪ ਜੀ ਲਾਈ ਆ। ਫਾਈਨ ਕੰਪਾਊਂਡ ਕਰਨ ਲੱਗੇ ਹਾਂ ਕਿਉਂਕਿ ਆਪਣੀ ਗੱਡੀ ਤਾਂ ਨਵੀਂ ਆ, ਕੋਈ ਸਕਰੈਚ ਤਾਂ ਇੰਨੇ ਹੈ ਨਹੀਂ ਗੇ। ਇਹ 'ਚ ਕਟਿੰਗ ਰੇਸ਼ੋ ਸਿਰਫ ਹੀ 2% ਆ, ਫਿਨਿਸ਼ਿੰਗ ਆ ਮਤਲਬ ਸ਼ਾਈਨ ਹੀ ਆਊਗੀ। ਇੱਧਰਲੇ ਪਾਸੇ ਕੰਪਾਊਂਡ ਹੋਇਆ ਹੋਇਆ ਫਾਈਨ ਕੰਪਾਊਂਡ, ਇੱਧਰਲੇ ਪਾਸੇ ਨਹੀਂ, ਇਹ ਪੂਰਾ ਸ਼ਾਈਨ ਕਰ ਰਿਹਾ। ਇਹ ਥੋੜ੍ਹਾ ਜਿਹਾ ਗ੍ਰੇ ਜਿਹਾ ਲੱਗ ਰਿਹਾ ਹਲੇ, ਗ੍ਰੇ ਬਲੈਕ ਜੇ। ਹੁਣ ਇਹ ਪ੍ਰੋਸੈਸ ਸਾਰੀ ਗੱਡੀ 'ਤੇ ਚੱਲੂਗਾ ਜੀ, ਹੁਣ ਜਦ ਤੱਕ ਆਪਾਂ ਬਹਿ ਕੇ ਆਰਾਮ ਕਰਦੇ ਹਾਂ। ਇੱਧਰ ਹੀ ਬਹਿ ਗਏ ਆਪਾਂ ਤਾਂ, 9:30 ਆਏ ਸੀ, 11 ਵੱਜ ਗਏ, ਡੇਢ ਘੰਟਾ ਕਦੋਂ ਨਿਕਲ ਗਿਆ ਪਤਾ ਹੀ ਨਹੀਂ ਲੱਗਿਆ, ਪਰ ਹਲੇ ਮੈਨੂੰ ਲੱਗਦਾ 3 ਘੰਟੇ ਹੋਰ ਬੈਠਾਂਗੇ ਜੀ, ਨਿਬੇੜ ਦੇਣਗੇ ਛੇਤੀ, ਕਿਉਂਕਿ ਆਪਣੇ ਸਕਰੈਚ ਹੈ ਜਿਹੜਾ ਪਹਿਲਾਂ ਟਾਈਮ ਲੱਗਣਾ ਚਾਹੀਦਾ, ਲੱਗਣਾ ਹੀ ਨਹੀਂ ਹੈਗਾ। ਬਸ ਆਹ ਜਿਹੜੀ ਫਾਈਨ ਕੰਪਾਊਂਡ ਨੂੰ ਮੇਰੇ ਹਿਸਾਬ ਨਾਲ ਵੱਧ ਤੋਂ ਵੱਧ 45-50 ਮਿੰਟ ਲਾਉਣਗੇ, ਅਤੇ ਉਸ ਤੋਂ ਬਾਅਦ 'ਚ ਫਿਰ ਉਹ ਕੋਟਿੰਗ ਕਰਨੀ ਸ਼ੁਰੂ ਕਰ ਦੇਣਗੇ। ਕੀ ਪ੍ਰੋਸੈਸ ਉਹ ਤੁਹਾਨੂੰ ਦੱਸੀ ਜਾਊਂ, ਮੈਂ ਤਾਂ ਆਪ ਪਹਿਲੀ ਵਾਰੀ ਕਰਾਉਣ ਲੱਗੇ। ਜਦ ਤੱਕ ਬਾਈਕ ਕੰਪਾਊਂਡ ਕਰਦਾ ਉਦ ਤੱਕ ਉੱਧਰ ਚਾਹ ਚੂਹ ਪੀ ਕੇ ਆਉਂਦੇ, ਨਾਲੇ ਥੋੜ੍ਹਾ ਟਾਈਮ ਏਸੀ 'ਚ ਬਹਿੰਦੇ ਹਾਂ, ਇੱਧਰ ਕੂਲਰ ਚੱਲਦਾ। ਹੁਣ ਅਸੀਂ ਚੱਲੇ ਹਾਂ ਏਜੰਸੀ, ਗੱਡੀ ਦੇ ਨੰਬਰ ਪਲੇਟ ਆਈਆਂ ਹੋਈਆਂ ਨੇ। ਲਾਡੀ ਨੇ ਸਾਨੂੰ ਡੱਬਾ ਦਿੱਤਾ ਬਬਲੀ ਤੋਂ ਲੈ ਕੇ, ਅੱਜ ਏਜੰਸੀ ਡੱਬਾ ਦੇ ਕੇ ਆਉਣਾ ਲੈਲਪੁਰੀ ਤੋਂ ਲੈ ਕੇ ਆਇਆ। ਕੋਈ ਨਾ ਬਾਈ, ਯਾਰ ਵੀਰੇ ਉਹ ਕਰੇ 2 ਗੱਡੀਆਂ ਲੈ ਗਏ। ਨਹੀਂ ਨਹੀਂ ਫਰਕ ਪਤਾ ਕੀ ਆ, ਮੈਨੂੰ ਇਹਨੇ ਤੇਲ ਦਿੱਤਾ ਹੀ 5 ਲੀਟਰ, ਇਹ 10 ਲੀਟਰ ਲੈ ਕੇ ਆਇਆ। ਉਹ ਵੀ ਸਾਡਾ ਡੱਬਾ ਫਿਰ ਹੁਣ ਲੈਲਪੁਰੀ ਨਾਲ ਦੇਣਾ ਹੀ ਪਊ। ਉਹ ਬੱਸ ਬੱਸ ਕਹਿੰਦਾ ਮੇਰੀ ਗੱਡੀ ਐਵਰੇਜ ਘੱਟ ਦਿੰਦੀ ਆ, ਐਂ ਘੱਟ ਹੀ ਦੂ ਬਾਈ। ਨੰਬਰ ਪਲੇਟਾਂ ਵੀ ਆਪਾਂ ਨੂੰ ਮਿਲ ਗਈਆਂ। ਅਸੀਂ ਇੱਕ ਚੀਜ਼ ਹੁਣ ਨੋਟ ਕੀਤੀ ਆ, ਸਾਡੇ ਦੋਨੇ ਗੱਡੀਆਂ ਦੇ ਨੰਬਰ ਦਾ ਜੋੜ ਕਿੰਨਾ ਬਣਦਾ? 5 14 14 14 5 ਤੇ 6 9 5 14 8 ਤੇ 6 14 ਅਤੇ ਜੋੜ ਬਣਦਾ 5 5 ਇਹਦੇ ਲੱਕੀ ਨੰਬਰ। ਲਾਡੀ ਕਹਿੰਦਾ ਡੈਸ਼ ਕੈਮ ਲਵਾਉਣ ਦੀ ਵੀ ਕਿੰਨੇ ਟਾਈਮ ਤੋਂ ਘੋਲੀ ਸੀਗੀ, ਅੱਜ ਸੋਚਿਆ ਇਹ ਵੀ ਲਵਾਈ ਦੇਈਏ। ਕੰਪਾਊਂਡ ਕਰਨ ਤੋਂ ਬਾਅਦ ਜਿਹੜੀ ਮਾੜੀ ਮੋਟੀ ਉੱਪਰ ਡਸਟ ਪਈ ਸੀ, ਇੱਕ ਵਾਰੀ ਫਿਰ ਦੁਬਾਰਾ ਉਹ ਡਸਟ ਨੂੰ ਸਾਫ਼ ਕਰਨ ਲੱਗੇ ਆ। ਹੁਣ ਦੂਜਾ ਸਟੈਪ ਚੱਲਦਾ ਬਾਈ, ਪ੍ਰਾਈਮਰ ਮਾਰਨ ਲੱਗਿਆ ਹੋਇਆ। ਇਹ ਲਿਕਡ ਹੁੰਦਾ ਵਾ, ਕੱਪੜੇ 'ਤੇ ਲਾ ਕੇ ਐਂ ਗੱਡੀ 'ਤੇ ਮਾਰਦੇ ਆ, ਇਹ ਬੌਂਡਿੰਗ ਬਣਾਉਂਦੇ ਆ। ਜਿਹੜੀ ਆਪਣੀ ਕੋਟਿੰਗ ਹੁੰਦੀ ਆ, ਕੋਟਿੰਗ 'ਤੇ ਗੱਡੀ ਦੇ ਪੇਂਟ 'ਤੇ ਵਿਚਾਲੇ ਬੌਂਡਿੰਗ ਦਾ ਕੰਮ ਕਰਦਾ। ਲਾਡੀ ਨੂੰ ਕਿਹਾ ਖੜ ਜਾ ਔਰੇ ਘੰਟਾ ਕੁ, ਕਹਿੰਦਾ ਕੋਈ ਨਾ ਮੈਂ 5 ਵਜੇ ਨੂੰ ਵਿਹਲਾ ਹੋ ਕੇ ਬਹਿਣਾ ਕਰੀ ਜਾ ਕੇ। ਮੈਂ ਜਿੰਮ ਤੋਂ ਲਾਣਾ ਪਹਿਲਾਂ। ਚਲੋ ਜੀ ਚਲੋ, ਮੈਂ ਜਿੰਮ ਤੋਂ ਚਲੇ ਜਾਵਾਂ। ਓਕੇ ਓਕੇ, ਚਲੋ ਓਕੇ ਵੀਰੇ, ਹੈਵ ਫਨ। ਆਪਣੇ ਵਾਲੀ ਨੰਬਰ ਪਲੇਟ ਆਪਾਂ ਗੱਡੀ 'ਚ ਰੱਖ ਲਈਏ, ਨਾਲ ਹੁੰਦੇ ਹੀ ਆਪਾਂ ਗੱਡੀ 'ਚ ਦੇ ਡੈਸ਼ ਕੈਮ ਵੀ ਲਵਾਉਣ ਲੱਗੇ ਆ। ਚੱਕ ਦੇ ਵੀਰੇ,
ਇਹ ਗੱਡੀ ਆਪਣੀ ਘਰੇ ਘੱਟ ਰਹਿਣੀ ਆ, ਰੋਡਾਂ 'ਤੇ ਵੱਧ ਰਹਿਣੀ ਆ, ਤਾਂ ਮੈਂ ਸੋਚਿਆ ਡੈਸ਼ ਕੈਮ ਜ਼ਰੂਰੀ ਆ। ਹੁਣ ਆ ਗਿਆ ਆਪਣਾ ਫਾਈਨਲ ਸਟੈਪ, ਕੋਟਿੰਗ ਕਰਨ ਲੱਗੇ ਹਾਂ। ਇਹਦੇ ਵਿੱਚ ਇੱਕ ਲਿਕਡ ਆ, ਉਹ ਫੋਮ ਦੇ ਉੱਪਰ ਲਾ ਕੇ ਫਿਰ ਗੱਡੀ 'ਤੇ ਲੱਗਦਾ, ਅਤੇ ਬਾਅਦ 'ਚ ਸੁਕਾਉਣਾ ਪੈਂਦਾ ਵਾ। ਹੁਣ ਜਦੋਂ ਕੱਪੜਾ ਫੇਰਦੇ ਹਾਂ, ਕਾਫੀ ਹਾਰਡ ਹੋਇਆ ਹੋਇਆ ਕੱਪੜਾ, ਸੌਖਾ ਨਹੀਂ ਵੱਜਦਾ ਹੈਗਾ। ਹੁਣ ਜਿੱਥੇ ਕੋਟਿੰਗ ਹੋ ਗਈ ਉੱਥੇ ਕੱਪੜਾ ਪੂਰਾ ਮੁਲਾਇਮ ਆ, ਹੁਣ ਉੱਪਰ ਕੱਪੜਾ ਅੜਦਾ, ਆਪਦੇ ਆਪ ਨੂੰ ਲੱਗਦਾ ਕਿ ਉੱਪਰ ਕੱਪੜਾ ਅੜਦਾ ਵਾ। ਜਦੋਂ ਇਹ ਨਵੀਂ ਗੱਡੀ ਦਾ ਪੱਟ ਪੱਟੀ ਜਿਹਾ ਕਰਦੇ ਹੁੰਦੇ ਆ ਨਾ, ਦਿਲ ਨੂੰ ਬੜਾ ਦੁੱਖ ਜਿਹਾ ਲੱਗਦਾ ਹੁੰਦਾ। ਪਿਛਲੇ ਪਾਸੇ ਵੀ ਡੈਸ਼ ਕੈਮ ਲਵਾਇਆ ਵਾ ਅਤੇ ਉਹਦੀ ਤਾਰ ਇੱਥੋਂ ਥੱਲੇ ਦੀ ਕੱਢੀ ਹੈ ਬਿਨਾਂ ਕੋਈ ਕੱਟ ਵੱਢ ਕੀਤੇ। ਡੈਸ਼ ਕੈਮ ਲਵਾਇਆ ਆਪਾਂ ਕੰਪਨੀ ਦਾ DHC। ਟਾਈਮ 5 ਵੱਜ ਗਏ, ਕੋਟਿੰਗ ਸਾਰੀ ਹੋ ਗਈ, ਬਸ ਹੁਣ ਆਪਾਂ ਨੰਬਰ ਪਲੇਟਾਂ ਲਵਾਉਣੀਆਂ ਨੇ, ਫਿਰ ਘਰ ਨੂੰ ਚੱਲਦੇ ਹਾਂ। ਪਹਿਲਾਂ ਸੋਚਿਆ ਸੀ ਟਾਇਰ ਵੀ ਅੱਜ ਹੀ ਬਦਲਾ ਦਈਏ, ਫਿਰ ਮੈਂ ਕਿਹਾ ਨਹੀਂ ਹੁਣ ਥਕਾਵਟ ਜੀ ਹੋ ਗਈ, ਕੱਲ੍ਹ ਨੂੰ ਦੇਖਾਂਗੇ, ਕੱਲ੍ਹ ਨੂੰ ਜਾਂ ਪਰਸੋਂ ਨੂੰ। ਟਾਇਰ ਆਪਾਂ ਕੋਈ ਹੋਰ ਨਹੀਂ ਪਵਾਉਣੇ, ਜਿਹੜੇ ਇਹਦੇ ਟੌਪ ਮਾਡਲ 'ਚ ਆਉਂਦੇ ਨਾ 18 ਇੰਚੀ ਲਾਏ, ਉਹੀ ਪਾ ਦੇਣੇ ਆ। ਆਹ 17 ਇੰਚੀ ਆ, ਅਤੇ ਥੋੜ੍ਹੀ ਗੱਡੀ ਉੱਚੀ ਹੋਜੂ, ਟਾਇਰ ਥੋੜ੍ਹਾ ਜਿਹਾ ਵੱਡਾ ਹੋਜੂ, ਮੋਟਾ ਹੋਜੂ। ਆਹ ਕੰਮ ਇਹਨਾਂ ਦਾ ਪੂਰਾ ਵਧੀਆ, ਪਹਿਲਾਂ ਕੋਟਿੰਗ ਤਾਂ ਕੀਤੀ, ਹੁਣ ਸਾਰੀ ਗੱਡੀ ਦੀ ਸਫਾਈ ਵੀ ਕਰਨ ਲੱਗੇ ਹੋਏ ਆ, ਬਾਹਰੋਂ ਵੀ ਅਤੇ ਅੰਦਰੋਂ ਵੀ। ਟਾਈਮ 6 ਵੱਜ ਗਏ, ਅਖੀਰਲਾ ਘੰਟਾ ਤਾਂ ਚੈੱਕਅਪ ਨੂੰ ਹੀ ਲੱਗ ਗਿਆ। ਫਾਈਨਲੀ ਨੰਬਰ ਪਲੇਟਾਂ ਵੀ ਲੱਗਣ ਲੱਗੀਆਂ। ਟਾਈਮ 6:34 ਹੋ ਗਏ, ਫਾਈਨਲੀ ਆਪਣਾ ਸਾਰਾ ਕੰਮ ਕਰ ਹੋ ਗਿਆ, ਅਤੇ ਇੱਧਰ ਡੈਸ਼ ਕੈਮ ਵੀ ਚੱਲ ਰਿਹਾ, ਪਰ ਹਲੇ ਇਹਦੇ ਵਿੱਚ ਮੈਮਰੀ ਕਾਰਡ ਪਾਉਣਾ ਵਾ, ਉਹ ਘਰ ਆ ਕੇ ਪਾਵਾਂਗੇ। ਚਲੋ ਅੱਜ ਐਂ ਲੱਗਦਾ ਫਿਰ ਇੱਕ ਵਾਰੀ ਨਵੀਂ ਗੱਡੀ ਲੈ ਲਈ, ਹੁਣ ਆਪਾਂ ਗਾਰੇ ਤੋਂ ਬਚਾ ਕੇ ਲੈ ਕੇ ਜਾਣੀ ਵਧੀਆ। ਹਾਂ ਇਹ ਤਾਂ ਸੇਫਟੀ ਹੈ ਯਾਰ, ਨਾਲੇ ਜਿੱਦਣ ਕਦੇ ਵੀ ਵਧੀਆ ਕਲਿੱਪ ਮਿਲੀ ਜੋ ਕੱਢ ਲਿਆ ਕਰਨੀ ਆ ਆਪਾਂ। ਚਲੋ ਹੁਣ ਤੁਹਾਨੂੰ ਮੈਂ ਕੋਟਿੰਗ ਦਾ ਮੋਟਾ ਮੋਟਾ ਜਿਹਾ ਹਿਸਾਬ ਕਿਤਾਬ ਦੱਸ ਦਿੰਦਾ। ਪਹਿਲੀ ਗੱਲ ਤਾਂ ਜੇ ਕਿਸੇ ਨੂੰ ਇੱਦਾਂ ਲੱਗਦਾ ਜਾਂ ਜੇ ਤੁਹਾਨੂੰ ਕੋਈ ਇੱਦਾਂ ਕਹਿੰਦਾ ਵਾ ਵੀ ਕੋਟਿੰਗ ਸਕਰੈਚਾਂ ਤੋਂ ਬਚਾਉਂਦੀ ਆ, ਤਾਂ ਉਹ ਬਿਲਕੁਲ ਗਲਤ ਆ। ਹਾਂ, ਮਾਈਨਰ ਸਕਰੈਚਾਂ ਤੋਂ ਕੋਟਿੰਗ ਬਚਾ ਸਕਦੀ ਆ, ਪਰ ਮੇਜਰ ਸਕਰੈਚ ਜਾਂ ਕੋਈ ਜਾਣ ਕੇ ਸਕਰੈਚ ਪਾਵੇ ਤਾਂ ਉਹ ਤੋਂ ਨਹੀਂ ਬਚਾ ਸਕਦੀ। ਕੋਟਿੰਗ ਦਾ ਮੇਨ ਮਕਸਦ ਇਹ ਹੁੰਦਾ ਕਿ ਕੋਟਿੰਗ ਆਪਣੇ ਰੰਗ ਦੇ ਉੱਪਰ ਇੱਕ ਪ੍ਰੋਟੈਕਟਿਵ ਲੇਅਰ ਦਾ ਕੰਮ ਕਰਦੀ ਆ। ਜਿਹੜੀ ਗੱਡੀ ਬਾਹਰ ਧੁੱਪ 'ਚ ਵੱਧ ਖੜਦੀ ਜਾਂ ਕਿਤੇ ਵੀ ਬਾਹਰ ਖੜਦੀ ਆ, ਤਾਂ ਜਿਹੜੀ ਆਪਣੇ ਡਾਇਰੈਕਟ ਧੁੱਪ ਪੈਂਦੀ ਆ, ਆਪਣੀ ਉਹ ਧੁੱਪ ਗੱਡੀ ਦੇ ਰੰਗ ਤੱਕ ਨਹੀਂ ਪਹੁੰਚਦੀ, ਗੱਡੀ ਦੀ ਸ਼ਾਈਨ ਮੇਨਟੇਨ ਰਹਿੰਦੀ ਆ। ਬਾਕੀ ਇਹ ਆਪਾਂ ਨੂੰ ਪਤਾ ਲੱਗੂ ਹੁਣ ਥੋੜ੍ਹੇ ਟਾਈਮ ਤੱਕ, ਕਿਉਂਕਿ ਜ਼ਿੰਦਗੀ 'ਚ ਪਹਿਲੀ ਵਾਰੀ ਕੋਟਿੰਗ ਕਰਾਈ ਆ, ਦੇਖਦੇ ਹਾਂ ਵੀ ਗੱਡੀ ਕਿੰਨੇ ਟਾਈਮ ਐਂ ਨਿਖਰੀ ਰਹਿੰਦੀ ਆ। ਹੁਣ ਆਪਣੇ ਥਾਰ 'ਤੇ ਕੋਟਿੰਗ ਹੋਈ ਨਹੀਂ ਹੋਈ, ਉਹਦਾ ਰੰਗ ਵੀ ਹੁਣ ਤੱਕ ਪਿਆ ਵਧੀਆ ਵਾ, ਬਟ ਹੁਣ ਦੋਨੇ ਗੱਡੀਆਂ ਦੇ ਬਰਾਬਰ ਖੜੀਆਂ ਨੇ। ਹੁਣ ਨੈਕਸਟ ਡੇ ਦਾ ਸਵੇਰਾ ਹੋ ਗਿਆ, ਆਪਣੀ ਜਿਹੜੀ ਗੱਡੀ 'ਤੇ ਕੋਟਿੰਗ ਹੋਈ ਹੋਈ ਆ ਉਹ ਥੋੜ੍ਹੀ ਜਿਹੀ ਵੱਧ ਸ਼ਾਈਨ ਮਾਰ ਰਹੀ ਆ। ਪਹਿਲਾਂ ਰੰਗ ਬਹੁਤ ਸੇਮ ਸੀਗਾ, ਹੁਣ ਸਕੋਰਪੀਓ ਐਨ ਬਹੁਤ ਸ਼ਾਈਨ ਕਰ ਰਹੀ ਆ। ਹੁਣ ਦੇਖਦੇ ਹਾਂ ਇਹ ਕਿੰਨਾ ਟਾਈਮ
ਐਂ ਆਪਦੀ ਸ਼ਾਈਨ ਨੂੰ ਮੇਨਟੇਨ ਰੱਖਦੀ ਆ। ਬਾਕੀ ਜਿਹੜਾ ਖਰਚਾ ਆਇਆ ਸਕੋਰਪੀਓ ਐਨ ਤੇ ਕੋਟਿੰਗ ਦਾ, ਮੈਂ ਕੋਟਿੰਗ ਕਰਾਈ ਆ ਯੂ ਐਸ ਬ੍ਰੈਂਡ ਸੈਰਾਮਿਕ ਪ੍ਰੋ, ਜਿਹੜਾ ਉਹਨਾਂ ਨੇ ਮੈਨੂੰ ਦੱਸਿਆ, ਬਾਕੀ ਪਤਾ ਨਹੀਂ ਕਿਉਂਕਿ ਉਹ ਸ਼ੀਸ਼ੀ ਉੱਪਰੋਂ ਸਟਿੱਕਰ ਜਿਹਾ ਲਿਆ ਹੋਇਆ ਸੀਗਾ, ਉਹਨਾਂ ਨੇ ਯੂ ਐਸ ਬ੍ਰੈਂਡ ਕਹਿ ਕੇ ਸੈਰਾਮਿਕ ਪ੍ਰੋ ਕਿਹਾ ਵਾ। ਅਤੇ ਇਹਦੇ ਪੂਰੀ ਕੋਸਟ ਆਈ ਆ 18,000 ਰੁਪਈਆ। ਅਤੇ ਇੱਕ ਮੈਂ ਜ਼ਰੂਰ ਆ ਕਿ ਮੈਂ ਇੱਕ ਦਿਨ 'ਚ ਹੀ ਕਰਾ ਕੇ ਲੈ ਕੇ ਆਇਆ ਵਾਂ। ਕਈ ਜਣੇ ਉਹ ਗੱਡੀ ਉੱਥੇ ਹੀ ਰੱਖ ਦਿੰਦੇ ਆ, ਨੈਕਸਟ ਡੇ ਦਿੰਦੇ ਹੁੰਦੇ ਆ। ਮੈਂ ਸਵੇਰੇ ਟਾਈਮ ਨਾਲ ਗਿਆ, ਉਹਦਾ ਸ਼ਾਮ ਨੂੰ 5 ਵਜੇ ਤੱਕ ਸਾਰੀ ਕੋਟਿੰਗ ਡਨ ਹੋ ਗਈ। ਬਾਕੀ ਕੋਟਿੰਗ ਕਿੰਨੀ ਕਾਮਯਾਬ ਰਹਿੰਦੀ ਆ ਉਹਦੇ ਲਈ ਤੁਹਾਨੂੰ ਚੈਨਲ ਨਾਲ ਜੁੜੇ ਰਹਿਣਾ ਪੈਣਾ ਵਾ, ਫਿਰ ਹੀ ਮੈਂ ਤੁਹਾਨੂੰ ਦੱਸ ਪਾਊਂਗਾ। ਮੈਂ ਹੁਣ ਅੱਜ ਕਹਿੰਦਾ ਕਿ ਬਾਈ ਕੋਟਿੰਗ ਕਰਾਓ, ਕੋਟਿੰਗ ਦੇ ਬਹੁਤ ਫਾਇਦੇ ਆ, ਪਰ ਕੋਈ ਫਾਇਦਾ ਫੁਦਾ ਨਿਕਲਣਾ ਫਿਰ ਆਪਾਂ ਇਹ ਵੀ ਨਹੀਂ ਕਹਿ ਸਕਦੇ। ਹਾਂ, ਅੱਜ ਤੋਂ 1-2 ਮਹੀਨੇ ਬਾਅਦ ਉਹ ਪਤਾ ਲੱਗਦਾ ਲੋਕਾਂ ਨੂੰ ਆਪਣੀ ਗੱਡੀ ਧੋਵਾਂਗੇ ਜਦੋਂ ਲਿਬੜੂਗੀ ਵੀ ਗੱਡੀ ਕਿੰਨੀ ਕੁ ਨਿਖਰਦੀ ਆ। ਬਾਕੀ ਜੇ ਵੀਡੀਓ ਵਧੀਆ ਲੱਗੀ ਹੋਈ ਕਿਸੇ ਵੀ ਰੀਜ਼ਨ ਕਰਕੇ, ਵੀਡੀਓ ਨੂੰ ਲਾਈਕ, ਚੈਨਲ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰੇਗੀ।